ਅਧਿਕਾਰੀ ਬਣ ਕੇ ਬਹਿ ਗਏ ਨੇ ਇਕੱਲੇ ਨੇ 2 ਜਣੇ ਨੇ, ਚਾਹੇ ਉਹ ਇੱਕ ਪਰਿਵਾਰ ਜਿਹੜਾ ਵਾ ਆਪਣੇ ਆਪ ਨੂੰ ਸਰਪੰਚ ਮੰਨੀ ਜਾਂਦਾ 10 ਕੁ ਜਣੇ ਰਲ ਕੇ, ਬਾਕੀ ਪਿੰਡ ਪੂਰਾ ਉਹਦੇ ਨਾਲ ਸਹਿਮਤ ਨਹੀਂ ਗਾ। ਉਹ ਇੱਕ ਪਰਿਵਾਰ ਚਾਹੇ 10 ਮੈਂਬਰ ਰਲ ਕੇ ਕਹਿਣ ਵੀ ਅਸੀਂ ਸਰਪੰਚ ਆ, ਤਾਂ ਮੇਰਾ ਵੀ ਪੂਰਾ ਪਰਿਵਾਰ ਕਹਿ ਦੂਗਾ ਵੀ ਆਹ ਸਰਪੰਚ ਆ, ਉਹ ਗੱਲ ਨਹੀਂ ਮੰਨੀ ਜਾਣੀ। ਔਰ ਬਣ ਗਏ ਸਰਸੰਮਤੀ ਦੇ ਨਾਲ ਬੀਬੀ ਸਰਪੰਚ ਬਣ ਗਈ, ਪਰ ਕੁਛ ਘੰਟਿਆਂ ਬਾਅਦ ਹੀ ਤਸਵੀਰ ਬਦਲ ਗਈ। ਪਿੰਡ ਦੀਆਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਵੇਂ ਲੱਡੂ ਵੰਡੇ ਜਾ ਰਹੇ ਨੇ, ਹਾਰ ਪੈ ਗਏ ਨੇ ਕਿਉਂਕਿ ਬੀਬੀ ਨੂੰ ਸਰਪੰਚ ਚੁਣ ਲਿਆ ਗਿਆ ਹੈ। ਪਰ ਇਸ ਤੋਂ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਵਿਰੋਧ ਸ਼ੁਰੂ ਹੋ ਗਿਆ। ਕਹਿੰਦੇ ਆਪਾਂ ਤਾਂ ਚੋਣਾਂ ਹੀ ਲੜਨੀਆਂ ਨੇ, ਅਤੇ ਬਸ ਫਿਰ ਕਿਸੇ ਕੁਛ ਘੰਟਿਆਂ 'ਚ ਹੀ ਸਰਸੰਮਤੀ ਨਾਲ ਸਰਪੰਚ ਬਣਨ ਦੀ ਖੁਸ਼ੀ ਨਾਸੂਰ ਹੋ ਗਈ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੱਡੂ ਵੰਡੇ ਗਏ, ਹਾਰ ਪਾਏ ਗਏ। ਪਰ ਇਸ ਤੋਂ ਬਾਅਦ ਜੇ ਇਹ ਕਹੀਏ ਕਿ ਸਰਪੰਚੀ ਦੀ ਕੁਰਸੀ ਖੁਸ ਗਈ ਤਾਂ ਸ਼ਾਇਦ ਗਲਤ ਨਹੀਂ ਹੋਏਗਾ। ਤੁਸੀਂ ਆਪ ਹੀ ਦੇਖ ਲਵੋ। ਜਾਣੀ ਪਹਿਲ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਲ, ਖਲੇਰ ਦੀ ਰਿਪੋਰਟ। ਆਇਆ ਇੱਧਰ ਸਰਵਸੰਮਤੀ ਨਾਲ ਤੁਸੀਂ ਸਰਪੰਚ ਚੁਣੇ ਗਏ, ਢੋਲ ਵਜਾ ਲਏ, ਲੱਡੂ ਵੰਡ ਲਏ, ਕਿਸ ਤਰ੍ਹਾਂ ਦੀ ਮਿਹਨਤ ਤੇ ਕਿਹਦੇ ਵੱਲੋਂ ਸਰਵਸੰਮਤੀ ਕੀਤੀ? ਇਹ ਤਾਂ ਵੀਰ ਜੀ ਭਾਜੀ ਗੁਰਦੀਪ ਵੱਲੋਂ ਸਾਨੂੰ ਮਿਲਿਆ ਮੌਕਾ, ਔਰ ਜੋ ਵੀ ਉਹਨਾਂ ਨੇ ਸਾਨੂੰ ਕੰਮ ਦਿੱਤਾ ਅਸੀਂ ਜ਼ੋਰ ਨਿਭਾਵਾਂਗੇ, ਹੈ ਨਾ। ਕਿਸ ਤਰ੍ਹਾਂ ਦੀ ਖੁਸ਼ੀ ਮਨਾਈ ਗਈ? ਬਹੁਤ ਖੁਸ਼ੀ ਮਨਾਈ ਗਈ। ਕਿੰਨੇ ਕੁ ਲੋਕ ਨਾਲ ਇਕੱਠੇ, ਕਿੰਨੇ ਕੁ ਲੱਡੂ ਲੱਡੂ ਵੰਡੇ ਗਏ? ਬਹੁਤ ਸਾਰੇ ਲੱਡੂ ਵੰਡੇ ਔਰ ਬਹੁਤ ਸਾਰੇ ਭੈਣ ਭਰਾ ਸੀ ਸਾਡੇ ਨਾਲ। ਕਦੀ ਸੋਚਿਆ ਸੀ ਕਿ ਇਸ ਤਰ੍ਹਾਂ ਸਰਵਸੰਮਤੀ ਹੋ ਜਾਵੇ? ਨਹੀਂ ਵੀਰ ਜੀ, ਕਦੀ ਨਹੀਂ ਸੋਚਿਆ। ਕਿਹੜੀ ਪਾਰਟੀ ਵੱਲੋਂ ਸਰਪੰਚ ਬਣੇ? ਆਮ ਆਦਮੀ ਪਾਰਟੀ। ਹਾਂਜੀ। ਕਿਹੜੇ ਕੰਮ ਨੇ ਜਿਹੜੇ ਕਰਨੇ? ਵੇਖੋ ਇਹ ਤਾਂ ਜਿਹੜੇ ਕੰਮ ਆ ਉਹ ਤਾਂ ਸਾਨੂੰ ਕੋਈ ਵੀ ਪਿੰਡ ਦਾ ਉਹ ਕਰਨਾ ਪੈਣਾ, ਹੈ ਨਾ। ਅਤੇ ਜਿਸ ਤਰ੍ਹਾਂ ਭਾਜੀ ਗੁਰਦੀਪ ਰੰਧਾਵਾ ਜੀ ਕਹਿਣਗੇ ਅਸੀਂ ਉਸ ਤਰ੍ਹਾਂ ਹੀ ਚੱਲਾਂਗੇ। ਸਰਵਣ ਸਿੰਘ ਲਾਡੀ। ਚਲੋ ਜੀ, ਕਦੋਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਔਰ ਸਰਪੰਚ ਕਿਸ ਤਰ੍ਹਾਂ ਬਣੇ? ਸਰ ਮੈਂ 22 'ਚ ਜੁੜਿਆ ਜੀ, ਸਰਦਾਰ ਗੁਰਦੀਪ ਸਿੰਘ ਹੁਣ ਕਸਰੋਪਾ ਪਾ ਕਾਂਗਰਸ ਛੱਡ ਕੇ, ਉਦੋਂ ਤੋਂ ਲੈ ਕੇ ਮੈਂ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ, ਦਿਨ ਰਾਤ ਮਿਹਨਤ ਕੀਤੀ ਹੈ ਅਤੇ ਗਾਂ ਵੀ ਕਰਦਾ ਰਹਾਂਗਾ। ਸਰਵਸੰਮਤੀ ਨਾਲ ਸਰਪੰਚ ਕਿੱਦਾਂ ਬਣੇ? ਵੇਖੋ ਜੀ, ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ, ਸਰਦਾਰ ਚੰਨਣ ਸਿੰਘ ਖਾਲਸਾ ਜੀ, ਸਾਡੀ ਹਾਈਕਮਾਂਡ ਆਮ ਆਦਮੀ ਪਾਰਟੀ ਵੱਲੋਂ ਆਪਾਂ ਸਰਵਸੰਮਤੀ ਨਾਲ ਚੁਣੇ ਗਏ। ਸਰਵਸੰਮਤੀ ਕਿੱਥੇ ਹੋਈ ਅਤੇ ਕਿੱਦਾਂ ਹੋਈ? ਵੇਖੋ ਜੀ, ਸਾਨੂੰ ਸਰੋਪਾ ਪੈ ਗਏ, ਆਪਾਂ ਘਰ ਆਏ ਹਾਂ, ਘਰ ਆਣ ਕੇ ਪਿੰਡ ਵਿੱਚ ਢੋਲ ਵਜਾਏ ਗਏ, ਲੱਡੂ ਵੰਡੇ ਗਏ। ਕਿੰਨੀ ਖੁਸ਼ੀ ਮਨਾਈ? ਖੁਸ਼ੀ ਬਹੁਤ ਜ਼ਿਆਦਾ। ਵੇਖੋ ਜੀ, ਇੱਕ ਮਿਹਨਤ ਕਰਕੇ ਸਾਨੂੰ ਇਹ ਚੀਜ਼ ਮਿਲੀ ਜੀ, ਮਿਹਨਤ ਕਰਕੇ। ਪਾਰਟੀ ਦੇ ਵਫ਼ਾਦਾਰ ਸਿਪਾਹੀ ਹਾਂ ਅਤੇ ਸਿਪਾਹੀ ਰਹਾਂਗੇ। ਸੋਨੀ ਨਾ ਜੀ। ਵੀਹ 25 ਕੈਂਡੀਡੇਟ ਨੇ ਜਿਹੜੇ ਮੈਂਬਰ ਨੇ, ਪੰਚਾਇਤ ਮੈਂਬਰ ਨੇ ਜਿਹੜੇ ਆਪਣੇ ਕਾਗਜ਼ ਭਰ ਰਹੇ ਨੇ। 3 ਸਰਪੰਚੀ ਦੇ ਦਾਅਵੇਦਾਰ ਨੇ, ਚਾਰ ਪਾਰਟੀ 4 ਸਰਪੰਚੀ ਦੇ ਦਾਅਵੇਦਾਰ ਨੇ, ਇਹਨਾਂ ਨੂੰ ਪਾ ਕੇ ਜਿਹੜੇ ਆ ਬੀਬੀ ਬਣੀ ਆ। ਪਰ ਉਹ ਆਪਣੇ ਘਰ ਹੀ ਬਣ ਕੇ ਬਹਿ ਗਏ ਨੇ, ਉਹ ਇਕੱਲੇ ਨੇ 2 ਜਣੇ ਨੇ, ਚਾਹੇ ਉਹ ਇੱਕ ਪਰਿਵਾਰ ਜਿਹੜਾ ਵਾ ਆਪਣੇ ਆਪ ਨੂੰ ਸਰਪੰਚ ਮੰਨੀ ਜਾਂਦਾ 10 ਕੁ ਜਣੇ ਰਲ ਕੇ, ਬਾਕੀ ਪਿੰਡ ਪੂਰਾ ਉਹਦੇ ਨਾਲ ਸਹਿਮਤ ਨਹੀਂ ਗਾ। ਉਹ ਇੱਕ ਪਰਿਵਾਰ ਚਾਹੇ 10 ਮੈਂਬਰ ਰਲ ਕੇ ਕਹਿਣ ਵੀ ਅਸੀਂ ਸਰਪੰਚ ਆ, ਤਾਂ ਮੇਰਾ ਵੀ ਪੂਰਾ ਪਰਿਵਾਰ ਕਹਿ ਦੂਗਾ ਵੀ ਆਹ ਸਰਪੰਚ ਆ, ਉਹ ਗੱਲ ਨਹੀਂ ਮੰਨੀ ਜਾਣੀ। ਔਰ ਮੈਂ ਆਹ ਗੱਲ ਸਮਝਦਾ ਵੀ ਜਦੋਂ 7 ਤਰੀਕ ਤੱਕ ਹਲੇ ਪੜਤਾਲ ਚੱਲ ਰਹੀ ਹੈ,
4 ਤਰੀਕ ਤੱਕ ਆਪਾਂ ਪੇਪਰ ਫਿੱਲ ਕਰਨੇ ਆ, 4 ਤਰੀਕ ਤੋਂ ਬਾਅਦ 7 ਤਰੀਕ ਤੱਕ ਤਾਂ ਉਹਦੀ ਵੇਟ ਕੀਤੀ ਜਾਏ ਨਾ, ਕਿਹੜੇ ਕਿਹੜੇ ਕੈਂਡੀਡੇਟ ਨੇ, ਜਿਹੜੇ ਜਿਹੜੇ ਕੈਂਡੀਡੇਟ ਆਉਂਦੇ ਨੇ ਉਹਨਾਂ ਦੇ ਵਿੱਚ ਭਾਗ ਕੇ ਆਪਸ 'ਚ ਸਰਬਸੰਮਤੀ ਹੁੰਦੀ ਹੈ ਅਤੇ ਕਰਾ ਦਿੱਤੀ ਜਾਏ, ਨਾ ਕਿ ਆਪਣੇ ਘਰ ਬੈਠੇ ਹੁਣੀ ਕਰ ਦਿੱਤੀ ਜਾਏ, ਬਿਲਕੁਲ ਗਲਤ ਗੱਲ ਹੈ। ਬੀਬੀ ਬਣੀ ਆ ਪਰ ਉਹ ਆਪਣੇ ਘਰ ਹੀ ਬਣ ਕੇ ਬਹਿ ਗਏ ਨੇ, ਉਹ ਇਕੱਲੇ ਨੇ, ਦੋ ਜਾਣੇ ਨੇ, ਚਾਹੇ ਉਹ ਇੱਕ ਪਰਿਵਾਰ ਜਿਹੜਾ ਵਾ ਆਪਣੇ ਆਪ ਨੂੰ ਸਰਪੰਚ ਮੰਨੀ ਜਾਂਦਾ, 10 ਕੁ ਜਾਣੇ ਰਲ ਕੇ, ਬਾਕੀ ਪਿੰਡ ਪੂਰਾ ਉਹਦੇ ਨਾਲ ਸਹਿਮਤ ਨਹੀਂ ਗਾ, ਉਹ ਇੱਕ ਪਰਿਵਾਰ ਚਾਹੇ 10 ਮੈਂਬਰ ਰਲ ਕੇ ਕਹਿਣ ਵੀ ਅਸੀਂ ਸਰਪੰਚ ਆ, ਤਾਂ ਮੇਰਾ ਵੀ ਪੂਰਾ ਪਰਿਵਾਰ ਕਹਿ ਦੂਗਾ ਵੀ ਆਹ ਸਰਪੰਚ ਆ, ਉਹ ਗੱਲ ਨਹੀਂ ਮੰਨੀ ਜਾਣੀ। ਔਰ ਮੈਂ ਆਹ ਗੱਲ ਸਮਝਦਾ ਵੀ ਜਦੋਂ 7 ਤਰੀਕ ਤੱਕ ਹਲੇ ਪੜਤਾਲ ਚੱਲ ਰਹੀ ਹੈ, 4 ਤਰੀਕ ਤੱਕ ਆਪਾਂ ਪੇਪਰ ਫਿੱਲ ਕਰਨੇ ਆ, 4 ਤਰੀਕ ਤੋਂ ਬਾਅਦ 7 ਤਰੀਕ ਤੱਕ ਤਾਂ ਉਹਦੀ ਵੇਟ ਕੀਤੀ ਜਾਏ ਨਾ, ਕਿਹੜੇ ਕਿਹੜੇ ਕੈਂਡੀਡੇਟ ਨੇ, ਜਿਹੜੇ ਜਿਹੜੇ ਕੈਂਡੀਡੇਟ ਆਉਂਦੇ ਨੇ ਉਹਨਾਂ ਦੇ ਵਿੱਚ ਭਾਗ ਕੇ ਆਪਸ 'ਚ ਸਰਬਸੰਮਤੀ ਹੁੰਦੀ ਹੈ ਅਤੇ ਕਰਾ ਦਿੱਤੀ ਜਾਏ, ਨਾ ਕਿ ਆਪਣੇ ਘਰ ਬੈਠੇ ਹੁਣੀ ਕਰ ਦਿੱਤੀ ਜਾਏ, ਬਿਲਕੁਲ ਗਲਤ ਗੱਲ ਹੈ।